ਅਸੀਂ ਇਸ ਵੇਲੇ ਖੜ੍ਹੇ ਹਾਂ ਬਠਿੰਡਾ ਦੇ ਦਾਦੀ ਪੋਤੀ ਪਾਰਕ ਮਾਡਲ ਟਾਊਨ ਫਰੇਸ 3 ਵਿੱਚ, ਜਿੱਥੇ ਕਿ ਕਿਸਾਨਾਂ ਵੱਲੋਂ ਕਿਸਾਨ ਬਾਜ਼ਾਰ ਲਗਾਇਆ ਗਿਆ ਹੈਗਾ। ਤੁਸੀਂ ਤਸਵੀਰਾਂ ਦੇਖ ਰਹੇ ਹੋ, ਇੱਥੇ ਜਿਹੜੇ ਕਿ ਕੁਦਰਤੀ ਖੇਤੀ ਕਰਨ ਵਾਲੇ ਅਗਾਂਹ ਵਧੂ ਕਿਸਾਨ ਜਿਹੜੇ ਕਿ ਜ਼ਹਿਰੀਲੀ ਸਪਰੇਹਾਂ ਕੀਟਨਾਸ਼ਕ ਹੋਵੇ ਤਾਂ ਉਹਨਾਂ ਤੋਂ ਹਟ ਕੇ ਇਹ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਵੱਖ ਵੱਖ ਪ੍ਰੋਡਕਟ ਇਹਨਾਂ ਨੇ ਤਿਆਰ ਕੀਤੇ ਨੇ। ਜੇ ਸ਼ਹਿਦ ਦੀ ਗੱਲ ਕਰੀਏ, ਚਾਹੇ ਉਹ ਅਚਾਰ ਦੀ ਗੱਲ ਕਰੀਏ, ਚਾਹੇ ਬੇਸਣ ਦੀ ਗੱਲ ਕਰੀਏ, ਚਾਹੇ ਨਸ਼ਾ ਛੜਾਊ ਜਿਹੜੇ ਕਿ ਪ੍ਰੋਡਕਟ ਇਹਨਾਂ ਵੱਲੋਂ ਬਣਾਇਆ ਗਿਆ, ਤਾਂ ਸਾਰੀ ਗੱਲਬਾਤ ਕਰਦੇ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ। ਭਾਅ ਜੀ ਕੀ ਨਾਮ ਹੈ? ਹਾਂਜੀ, ਡਾਕਟਰ ਜਗਜੀਵਨ ਸਿੰਘ ਜੀ, ਪਿੰਡ ਕਲਾਰ ਮਨਾ, ਜ਼ਿਲ੍ਹਾ ਬਰਨਾਲਾ। ਭਾਅ ਜੀ ਕਿੰਨੇ ਟਾਈਮ ਤੋਂ ਤੁਸੀਂ ਪਹਿਲਾਂ ਇਸ ਲਾਈਨ 'ਚ ਆਏ ਅਤੇ ਕੀ? 8 ਸਾਲ ਤੋਂ ਮੈਂ ਇਸ ਲਾਈਨ ਦੇ ਵਿੱਚ ਹਾਂ। ਮੈਂ ਨਗੌਰ ਦੇ ਵਿੱਚ, ਰਾਜਸਥਾਨ ਦੇ ਵਿੱਚ ਮੇਰਾ ਕਲੀਨਿਕ ਆ, ਨਸ਼ਾ ਮੁਕਤੀ ਕੇਂਦਰ, ਉੱਥੇ 50,000 ਤੋਂ ਪਲੱਸ ਮੈਂ ਮਰੀਜ਼ ਨਸ਼ਾ ਛੜਾ ਚੁੱਕਿਆ। ਇਸ ਤੋਂ ਪਹਿਲਾਂ ਜੀ ਗੱਲ ਕਰੀਏ, ਕੀ ਕੰਮ ਕਰਦੇ ਸੀ ਤੁਸੀਂ, ਤੁਹਾਡੇ ਮਨ 'ਚ ਕਿਸ ਤਰ੍ਹਾਂ ਆਏ? ਇਹ ਪਹਿਲਾਂ ਆਪਾਂ ਖੇਤੀਬਾੜੀ ਕਰਦੇ ਸੀਗੇ ਜੀ। ਖੇਤੀਬਾੜੀ ਤੋਂ ਬਾਅਦ ਫਿਰ ਆਯੁਰਵੈਦਿਕ ਵੱਲ ਵਧੇ ਕੇ, ਜਿਹੜੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਨਸ਼ੇ ਵੱਲ ਜਾ ਰਹੀ ਆ, ਅਤੇ ਉਹਨਾਂ ਨੂੰ ਔਰਗੈਨਿਕ ਵੱਲ ਲੈ ਕੇ ਆਉਣ ਦਾ ਮੇਰਾ ਇੱਕ ਢਾਂਚਾ ਹੈਗਾ ਕਿ ਜਿਹੜੇ ਅੱਜ ਆਪਾਂ ਰਿਹੇ ਸਪਰੇ ਪਾ ਰਹੇ ਹੈਗਾ, ਇਹਦੇ ਨਾਲ ਇੱਕ ਤਾਂ ਆਪਣੀ ਜਿਹੜੀ ਏਜ ਆ ਉਹ ਘੱਟਦੀ ਜਾ ਰਹੀ ਹੈ। ਪਹਿਲਾਂ 100-100 ਸਾਲ ਤੱਕ ਜੀਂਦੇ ਸੀਗੇ, ਜਿਵੇਂ ਰਾਜਸਥਾਨ ਦੇ ਵਿੱਚ ਦੇਖਿਆ ਗਿਆ ਹੈਗਾ, ਉੱਥੇ ਅੱਜ ਵੀ ਜਿਹੜੇ 100-100 ਸਾਲ ਤੱਕ ਬਜ਼ੁਰਗ ਉਹ ਘਿਓ ਡੀਕ ਲਾ ਕੇ ਪੀ ਜਾਂਦੇ ਆ। ਇੱਥੇ ਕੀ ਹੈ, ਇੱਥੇ ਇੱਕ ਪ੍ਰਦੂਸ਼ਣ ਜ਼ਿਆਦਾ ਹੋਣ ਕਾਰਨ ਫੈਕਟਰੀਆਂ ਦਾ ਪ੍ਰਦੂਸ਼ਣ ਹੋ ਗਿਆ, ਅਤੇ ਬਾਕੀ ਆਪਾਂ ਜਿਵੇਂ ਕਿਸਾਨ ਮਜਬੂਰੀ ਕਾਰਨ ਅੱਗ ਲਾਉਂਦਾ ਹੈਗਾ, ਉਹ ਵੀ ਪ੍ਰਦੂਸ਼ਣ ਹੋ ਗਿਆ, ਠੀਕ ਹੈ। ਅਤੇ ਉਹਦੇ ਨਾਲ ਜਿਹੜੇ ਆਪਣੇ ਗੰਡੋਏ ਹੁੰਦੇ, ਮਿੱਤਰ ਹੁੰਦੇ ਆ, ਉਹ ਵੀ ਖਤਮ ਹੁੰਦੇ ਆ, ਠੀਕ ਹੈ, ਜਿਹੜੇ ਆਪਣੇ ਕਿਸਾਨ ਦੇ ਮਿੱਤਰ ਹੁੰਦੇ ਆ। ਆਪਾਂ ਕਿਸਾਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਔਰਗੈਨਿਕ ਡੀਕੰਪੋਜ ਬੀਜੋ। ਮੇਰੇ ਹੁਣ ਰਾਜਸਥਾਨ ਦੇ ਵਿੱਚ ਜ਼ਮੀਨ ਆਪਣੀ, ਉੱਥੇ ਮੈਂ ਡੀਕੰਪੋਜ ਨਾਲ ਖੇਤੀ ਕਰਦਾ ਹਾਂ, ਸਾਰੀਆਂ ਜੜੀਆਂ ਬੂਟੀਆਂ ਲਾਈਆਂ ਵੀ ਆਪਣੀਆਂ, ਠੀਕ ਹੈ। ਅਤੇ ਇੱਥੇ ਵੀ ਮੈਂ ਪ੍ਰਮੋਟ ਕੀਤਾ, ਪਹਿਲਾਂ ਮੋਗੇ ਦੇ ਵਿੱਚ ਅਸੀਂ ਕਿਸਾਨ ਬਾਜ਼ਾਰ ਸ਼ੁਰੂ ਕੀਤਾ, ਅਤੇ ਫਿਰ ਹੁਣ ਇੱਥੇ 5ਵਾਂ ਕਿਸਾਨ ਬਾਜ਼ਾਰ ਆ ਬਠਿੰਡੇ ਦੇ ਵਿੱਚ। ਇੱਥੇ ਦੇ ਜਿਹੜੇ ਕਿਸਾਨ ਆ ਔਰਗੈਨਿਕ ਵੱਲ ਆਪਦਾ ਪ੍ਰੋਡਕਟ ਨੂੰ ਵਧਾ ਰਹੇ ਆ, ਕਿਉਂਕਿ ਇਕੱਲੇ ਧਰਨੇ ਲਾਉਣ ਨਾਲ ਜਿਹੜੇ ਕਿਸਾਨ ਆਪਣੇ 25-25 ਲੱਖ ਲਾ ਕੇ ਕੈਨੇਡਾ ਅਮੈਰੀਕਾ ਜਾ ਰਹੇ ਆ, ਜੇ ਉਹੀ 1 ਲੱਖ ਰੁਪਈਆ ਲਾ ਕੇ ਆਪਦਾ ਖੁਦ ਦਾ ਔਰਗੈਨਿਕ ਪ੍ਰੋਡਕਟ ਬੀਜਣ, ਉਹਦੀ ਖੁਦ ਮਾਰਕੀਟਿੰਗ ਕਰਨ, ਉਹ ਕਾਮਯਾਬ ਹੋਊਗਾ। ਜੇ ਨਸ਼ੇ ਦੀ ਗੱਲ ਕਰੀਏ ਤਾਂ ਨਸ਼ੇ ਵਾਲਾ ਪਹਿਲਾਂ ਦਿਖਾਓ ਸਾਡੇ ਦਰਸ਼ਕਾਂ ਨੂੰ ਕਿਸ ਤਰ੍ਹਾਂ ਦਾ ਪ੍ਰੋਡਕਟ ਹੈਗਾ ਅਤੇ ਕਿੰਨੇ ਦਿਨ 'ਚ ਛੱਡਿਆ ਜਾਂਦਾ ਜੀ? ਨਸ਼ਾ ਜੀ ਆਪਾਂ ਪਹਿਲੇ ਦਿਨ ਬੰਦ ਕਰਾ ਦਿੰਦੇ ਹਾਂ, ਚਿੱਟਾ ਹੋਵੇ, ਸਮੈਕ ਹੋਵੇ, ਮਿੰਡੀ ਹੋਵੇ, ਗੁਟਕਾ ਹੋਵੇ, ਸਿਗਰਟ, ਸ਼ਰਾਬ, ਜਰਦਾ ਕੋਈ ਵੀ ਨਸ਼ਾ ਹੋਵੇ, ਅਤੇ ਨਸ਼ਾ ਪਹਿਲੇ ਦਿਨ ਬੰਦ ਕਰਾ ਦਿੰਦੇ ਹਾਂ। 15 ਦਿਨਾਂ 'ਚ ਆਪਾਂ ਇਹ ਟ੍ਰੀਟਮੈਂਟ ਬੰਦ ਕਰਾ ਦਿੰਦੇ, ਇਹਦੇ ਵਿੱਚ ਜੜੀਆਂ ਬੂਟੀਆਂ ਦੇ ਭਸਮਾਂ ਨੇ ਜੀ। ਗੱਲ ਕਰੀ ਕਿਸ ਪ੍ਰਕਾਰ ਦੀ? ਉਹਨੂੰ ਤੋੜ ਨਹੀਂ ਲੱਗਦੀ, ਕੋਈ ਨੀਂਦ ਦੀ ਸਮੱਸਿਆ ਨਹੀਂ ਆਉਂਦੀ, ਕੋਈ ਦਰਦ ਨਹੀਂ ਹੁੰਦਾ, ਕੋਈ ਲੂਜ ਮੋਸ਼ਨ ਨਹੀਂ ਲੱਗਦਾ। ਗਰੰਟੀ 100% ਗਰੰਟੀ ਹੈ ਜੀ, ਲਾਈਵ ਮੇਰੇ ਕੋਲ ਘੰਟਾ ਬਹਿ ਜੇ ਆਪਾਂ ਹੁਣ ਲੈ ਆਓ ਮਰੀਜ਼, ਠੀਕ ਹੈ, ਦਹੀਂ ਦੇ ਵਿੱਚ 4 ਗ੍ਰਾਮ ਪਾ ਕੇ ਦੇਊਂਗਾ, 1% ਤੋੜ ਨਹੀਂ ਲੱਗਦੀ ਉਹਨੂੰ ਜੀ, ਕਿਉਂਕਿ ਆਪਣੇ ਨਸ਼ਾ ਨਹੀਂ ਹੈਗਾ, ਆਪਣੇ ਸਿਰਫ ਸਾਈਕੋਲੋਜੀ ਦੇ ਮਾਰੇ ਵੇ ਆ, ਠੀਕ ਹੈ। ਰਾਜਸਥਾਨ ਦੇ ਵਿੱਚ ਤਾਂ 2-2, 3-3 ਤੋਲੇ ਕੀਮ ਦੇ ਖਾਂਦੇ ਆ, ਇੱਥੇ 3 ਕਿਲੋ 4 ਗ੍ਰਾਮ ਭੁੱਕੀ ਖਾ ਕੇ ਕਹਿੰਦੇ ਜੀ ਮੈਂ ਭੁੱਕੀ ਖਾਂਦਾ ਗਾ, ਠੀਕ ਹੈ, ਇੱਥੇ ਨਸ਼ਾ ਨਹੀਂ ਹੈਗਾ, ਇੱਥੇ ਸਾਈਕੋਲੋਜੀ ਦਾ ਮਰਿਆ ਵਾ ਬੰਦਾ, ਠੀਕ ਹੈ। ਤਾਂ ਜੇ ਮੰਨ ਲਓ ਇਹ ਛੋਟੀ ਜੀ ਡੱਬੀ ਹੈ, ਇਹਦੇ 'ਚ ਕੀ ਬਣਾਇਆ, ਕੀ ਹੈ ਤੁਹਾਡੇ ਕੋਲ, ਪੂੜੀ ਹੈ ਜਾਂ ਕਿਸ ਤਰ੍ਹਾਂ? ਇਹਦੇ ਵਿੱਚ ਪੂੜੀ ਬਣਾਈ ਵੀ ਹੈ, ਇਹ 1 ਡੱਬਾ 2.5 ਦਿਨ ਚੱਲਦਾ ਹੈਗਾ, 15 ਦਿਨਾਂ 'ਚ 4 ਡੱਬੇ ਲੱਗਦੇ ਆ। ਅੱਛਾ, ਹਾਂਜੀ, ਅਤੇ ਗਰੰਟੀ ਸ਼ੁਦਾ ਨਸ਼ਾ ਛੱਡ ਦੂਗਾ ਕਿਸੇ ਵੀ? ਲਾਈਵ ਨਤੀਜਾ ਦੇ ਦਾਂਗੇ, ਲਾਈਵ ਨਤੀਜਾ, ਹਾਂ ਲਾਈਵ ਨਤੀਜਾ। ਮੇਰੇ ਪਹਿਲਾਂ ਵੀ ਤੁਹਾਡੇ ਕੋਲ ਆਏ ਆ ਕਿਸ ਤਰ੍ਹਾਂ? ਆਪਣੇ ਪੰਜਾਬ ਦੇ ਵਿੱਚ ਮੈਂ 3 ਮਹੀਨਿਆਂ 'ਚ 500+ ਮਰੀਜ਼ ਮੈਂ ਰਿਕਵਰ ਕਰ ਚੁੱਕਿਆ, ਅਤੇ ਜਾਣਕਾਰੀ ਉਹਨਾਂ ਦੀ ਆਪਣੀ ਗੁਪਤ ਆ, ਕਿਉਂਕਿ ਅਗਲੇ ਦਾ, ਕਿਉਂਕਿ ਜਿਹੜਾ
ਉਹਨਾਂ ਦਾ ਪਰਿਵਾਰ ਦਾ ਕਿਸੇ ਦਾ ਵਿਆਹ ਹੋਣ ਵਾਲਾ ਹੁੰਦਾ ਗਾ ਜਾਂ ਕੋਈ ਹੋਰ ਹੁੰਦਾ, ਬਾਕੀ ਉਹਨਾਂ ਨੂੰ ਆਪਾਂ ਕੰਮ ਵੀ ਲੱਭ ਕੇ ਦਿੰਦੇ ਹਾਂ ਜੇ ਕੋਈ ਬੇਰੁਜ਼ਗਾਰ ਉਹਨੂੰ ਕੰਮ ਵੀ ਲੱਭ ਕੇ ਦਿੰਦੇ ਹਾਂ ਕਿ ਭਾਈ ਪ੍ਰਾਈਵੇਟ ਦਾਇਰੇ ਦੇ ਵਿੱਚ ਜਿਵੇਂ ਹੁਣ 25-30 ਮੁੰਡੇ ਸਿਕਿਉਰਿਟੀ ਗਾਰਡ 'ਚ ਲਵਾਏ ਆ ਮੈਂ, ਠੀਕ ਹੈ, ਉਹ ਨਸ਼ਾ ਆਪਣੇ ਕੋਲੋਂ ਛੱਡ ਕੇ ਗਏ ਆ, ਉਹਨਾਂ ਨੂੰ ਸਿਕਿਉਰਿਟੀ ਉਹ ਕਹਿੰਦੇ ਸਾਡੇ ਕੋਲ ਕੰਮ ਨਹੀਂ ਹੈਗਾ ਅਸੀਂ ਫਿਰ ਲੱਗਾਂਗੇ ਨਸ਼ੇ 'ਤੇ। ਤੁਹਾਡੇ ਕੋਲ ਜੇ ਮੰਨ ਲਓ ਇਹ ਨਸ਼ੇ ਦਾ ਪ੍ਰੋਡਕਟ ਤਿਆਰ ਕੀਤਾ ਗਿਆ, ਕਿੰਨੇ ਕੁ ਬੰਦੇ ਤੁਹਾਡੇ ਕੋਲ ਆ ਕੇ ਲੈ ਕੇ ਗਏ ਨੇ, ਕਿੰਨੇ ਕੁ ਛੱਡ ਚੁੱਕੇ ਨੇ? ਮੇਰੇ ਕੋਲ ਟੋਟਲ 3 ਮਹੀਨੇ 'ਚ 500 ਪੰਜਾਬ 'ਚ ਰਿਕਵਰ ਹੋ ਚੁੱਕੇ ਨੇ। ਰਿਕਵਰ ਹੋ ਗਏ, ਹਾਂਜੀ। ਕਿੱਥੇ ਕਿੱਥੇ ਜਾਏ ਜਿਹੜੇ ਕਿ ਐਗਜੀਬਿਸ਼ਨ, ਕਿੱਥੇ ਕਿੱਥੇ ਕਿਸਾਨ ਮੇਲਾ? ਇਹ ਕਿਸਾਨ ਬਾਜ਼ਾਰ ਮੋਗੇ ਲੱਗਦਾ ਜੀ, ਅਤੇ ਬਠਿੰਡੇ ਲੱਗਦਾ ਗਾ, ਅਤੇ ਬਾਕੀ ਆਪਣਾ ਕਲੀਨਿੰਗ ਹੈ ਕਲਾਲ ਮਾਜਰੀ ਮਹਿਲਕਲਾਂ ਦੇ ਨਾਲ। ਅਤੇ ਲੋਕਾਂ ਦਾ ਗੱਲ ਕਰੀਏ, ਕਿਸ ਤਰ੍ਹਾਂ ਦਾ ਸਹਿਯੋਗ ਹੈ ਤੁਹਾਡਾ? ਪ੍ਰੋਡਕਟ ਲੈ ਕੇ ਜਾ ਰਹੇ ਨੇ? ਪ੍ਰੋਡਕਟ ਲੈ ਕੇ ਜਾ ਰਹੇ ਹੈ। ਕੀਟਨਾਸ਼ਕ ਜੇ ਬਗੈਰ ਕੈਮੀਕਲ ਤੋਂ ਤਿਆਰ ਕੀਤੇ ਗਏ ਪ੍ਰੋਡਕਟ ਹੈ, ਗੱਲਬਾਤ ਕਰਦੇ ਹਾਂ। ਵੀਰ ਜੀ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਬਾਈ ਜੀ, ਮੇਰਾ ਨਾਮ ਕੁਲਦੀਪ ਸਿੰਘ ਹੈ ਜੀ, ਪਿੰਡ ਬਾਂਡੀ। ਤੁਹਾਡੇ ਵੱਲੋਂ ਕੀ ਤਿਆਰ ਕੀਤਾ ਗਿਆ ਹੈਗਾ? ਸਰ, ਹਨੀ ਹੈ, ਅਸੀਂ ਬੀਕੀਪਿੰਗ ਕਰਦੇ ਹਾਂ ਅਤੇ ਨਾਲ ਨਾਲ ਪ੍ਰੋਸੈਸਿੰਗ ਦਾ ਕੰਮ ਲੈ ਕੇ ਆਏ, ਕਿਉਂਕਿ ਪਿਓਰਟੀ ਅੱਜ ਕੱਲ੍ਹ ਹਰ ਇੱਕ ਪ੍ਰੋਡਕਟ ਦੇ ਵਿੱਚ ਮਿਲਾਵਟ ਹੋ ਰਹੀ ਹੈ ਅਤੇ ਪਿਓਰ ਕੁਆਲਿਟੀ ਦੀ ਚੀਜ਼ ਕਿਸੇ ਤੱਕ ਨਹੀਂ ਪਹੁੰਚ ਰਹੀ। ਇਸ ਕਰਕੇ ਅਸੀਂ ਆਪਦੇ ਸ਼ੁੱਧ ਪ੍ਰੋਡਕਟ ਆ ਜਿਹੜੇ ਹਨੀ ਹੈ, ਜਿਵੇਂ ਅਸੀਂ ਆਪਦਾ ਅਤੇ ਬੀ ਬੋਲਣ, ਹਾਂਜੀ, ਸ਼ਾਇਦ ਸਰ ਪਿਓਰ ਸ਼ਾਇਦ ਹੈਗਾ, ਬਿਲਕੁਲ ਪਿਓਰ ਹੈ ਸਰ, ਆਪਦੇ ਹੱਥੀਂ ਤਿਆਰ ਕੀਤਾ। ਵੀਰਾ, ਤੁਸੀਂ ਦੇਖ ਰਹੇ ਹੋ ਗਾਂ ਲੈ ਚੱਲਦੇ ਤੁਹਾਨੂੰ, ਇਹ ਜਿਹੜਾ ਕਿ ਘਰ ਦਾ ਸਮਾਨ ਵਰਤਿਆ ਜਾਂਦਾ ਉਹ ਵੀ ਇਹਨਾਂ ਕੋਲ, ਜਿਹੜਾ ਕਿ ਬਗੈਰ ਕੈਮੀਕਲ ਕੀਟਨਾਸ਼ਕ ਜਿਹੜੇ ਕਿ ਦਵਾਈਆਂ ਤੋਂ ਤਿਆਰ ਕੀਤਾ ਜਾਂਦਾ, ਤਾਂ ਗੱਲਬਾਤ ਕਰਦੇ ਆ। ਵੀਰ ਜੀ, ਆਉਂਗੇ ਮਾੜਾ ਆ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ, ਮੈਂ ਨਾਭੇ ਤੋਂ ਬਿਲੋਂਗ ਕਰਦਾ। ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ ਵੀਰ ਜੀ ਤੁਸੀਂ ਆਹ ਕੰਮ ਸ਼ੁਰੂ ਕੀਤਾ ਹੈਗਾ, ਬਗੈਰ ਕੈਮੀਕਲ ਦੀਆਂ ਚੀਜ਼ਾਂ ਜਿਹੜੀ ਤਿਆਰ ਕੀਤੀਆਂ, ਅਤੇ ਕਦੋਂ ਤੋਂ ਇਸ ਲਾਈਨ 'ਚ ਜੁੜੀ? ਸਰ, ਜਿਹੜੀ ਖੇਤੀ ਹੈ ਤਾਂ ਮੈਂ ਪਿਛਲੇ 15 ਸਾਲ ਤੋਂ ਕਰ ਰਿਹਾ, ਲੇਕਿਨ ਪਿਛਲੇ 7 ਸਾਲ ਤੋਂ ਦਿਮਾਗ ਵਿੱਚ ਇਹ ਗੱਲ ਆਈ ਵੀ ਜਦੋਂ ਅਸੀਂ ਆਪਦੀਆਂ ਫਸਲਾਂ ਗਰੋ ਕਰਦੇ ਹਾਂ ਅਤੇ ਉਹਨਾਂ ਨੂੰ ਅਸੀਂ ਮੰਡੀਕਰਨ ਕਰਨ ਵਾਸਤੇ ਬਾਜ਼ਾਰ ਲੈ ਕੇ ਜਾਂਦੇ ਅਤੇ ਉਹਦਾ ਰੇਟ ਸਾਡੇ ਮੁਤਾਬਕ ਨਹੀਂ ਮਿਲਦਾ, ਫਿਰ ਉੱਥੋਂ ਇਹ ਆਈਡੀਆ ਆਇਆ ਵੀ ਅਸੀਂ ਕਿਉਂ ਨਾ ਆਪਣੀਆਂ ਚੀਜ਼ਾਂ ਨੂੰ ਪ੍ਰੋਸੈਸ ਕਰੀਏ, ਪ੍ਰੋਸੈਸ ਕਰਕੇ ਡੱਬਾ ਬੰਦ ਕਰੀਏ, ਡੱਬਾ ਬੰਦ ਕਰਕੇ ਅਸੀਂ ਉਹਦਾ ਜਿਹੜਾ ਬਣਦਾ ਰੇਟ ਹੈ ਅਸੀਂ ਉਹ ਪ੍ਰਾਪਤ ਕਰ ਸਕੀਏ, ਅਤੇ ਹੁਣ ਅਸੀਂ ਖੁਸ਼ ਹਾਂ, ਸਾਨੂੰ ਉਹਦੇ ਤੋਂ ਇਹ ਚੀਜ਼ਾਂ ਮਿਲਦੀਆਂ, ਸਾਨੂੰ ਮੂੰਹ ਮੰਗਿਆ ਰੇਟ। ਕਿਸਾਨ ਮੇਲਾ ਲਾਇਆ ਤੁਸੀਂ ਆਹ ਪ੍ਰੋਡਕਟ ਜਿਵੇਂ ਛੋਲੇ ਆਏ, ਇਹਦੇ ਨਾਲ ਕਿੰਨੀ ਚੀਜ਼ਾਂ ਤਿਆਰ ਕਰਦੇ ਹੋ? ਇਹ ਮੇਰੇ ਕੋਲ ਜਿਹੜਾ ਛੋਲੇ ਹੈ, ਛੋਲੇ ਸਾਡੇ ਔਰਗੈਨਿਕ ਹੁੰਦੇ ਆ ਬਿਨਾਂ ਰੇਹ ਸਪਰੇਅ ਤੋਂ, ਅਤੇ ਇਸ ਤੋਂ ਅੱਗੇ ਅਸੀਂ ਬੇਸਣ ਤਿਆਰ ਕਰਦੇ ਹਾਂ, ਬੂੰਦੀ ਤਿਆਰ ਕਰਦੇ ਹਾਂ, ਪਕੌੜੀ ਤਿਆਰ ਕਰਦੇ ਹਾਂ, ਪਕੌੜਾ ਤਿਆਰ ਕਰਦੇ ਹਾਂ, ਗੁੜ ਚਨਾ ਤਿਆਰ ਕਰਦੇ ਹਾਂ, ਅਤੇ ਬੇਸਣ ਤੋਂ ਅਸੀਂ ਸੱਤੂ ਵੀ ਤਿਆਰ ਕਰਦੇ ਹਾਂ ਅੱਗੇ, ਜਿਹੜਾ ਛੋਲਿਆਂ ਦਾ ਸੱਤੂ ਹੈ। ਇਹ ਚੀਜ਼ਾਂ ਅਸੀਂ ਇੱਕ ਯਾਨੀ ਕਿ ਛੋਲਿਆਂ ਤੋਂ ਅਸੀਂ ਅੱਗੇ 5 ਤੋਂ 6 ਚੀਜ਼ਾਂ ਜਿਹੜੀਆਂ ਉਹ ਤਿਆਰ ਕਰਦੇ ਹਾਂ। ਫਿਰ ਸਾਡੇ ਕੋਲ ਘੱਟ ਗਲੂਟਨ ਵਾਲੀ ਕਣਕ ਹੁੰਦੀ ਹੈ ਜੀ, ਬਾਂਸੀ ਗੋਲਡ, ਅਤੇ ਉਹਦਾ ਅਸੀਂ ਸੇਵੀਆਂ ਵੀ ਤਿਆਰ ਕਰਦੇ ਹਾਂ, ਉਸੇ ਤੋਂ ਅਸੀਂ ਬਿਸਕਿਟ ਵੀ ਤਿਆਰ ਕਰਦੇ ਹਾਂ ਸ਼ੁੱਧ ਗਾਂ ਦਾ ਦੇਸੀ ਘੀ ਪਾ ਕੇ, ਉਹਦੇ ਵਿੱਚ ਅਸੀਂ ਆਪਣੀ ਸ਼ੱਕਰ ਪਾਉਂਦੇ ਹਾਂ ਜੀ, ਸ਼ੱਕਰ ਆਪਦੀ ਹੁੰਦੀ ਹੈ, ਗੰਨਾ ਆਪਦਾ ਹੁੰਦਾ, 85 ਆਪਣੇ ਕੋਲ। ਗਰੰਟੀ ਹੋਊਗੀ ਫੁੱਲ ਇਹ ਬਗੈਰ ਉਸ ਤੋਂ ਹੋਊਗਾ ਕੈਮੀਕਲ? ਬਿਲਕੁਲ ਜੀ, ਬਿਲਕੁਲ ਬਿਲਕੁਲ ਗਰੰਟੀ ਹੈ। ਅਸਲ ਵਿੱਚ ਜਿੱਥੇ ਕੋਈ ਕਿਸਾਨ ਆਪਦਾ ਆਪ ਕੰਮ ਕਰਦਾ ਨਾ, ਉਹਦਾ ਕੰਮ ਗਰੰਟਡ ਹੀ ਹੁੰਦਾ ਕਿਸਾਨ ਦਾ। ਕਿਸਾਨ ਬੰਦੇ ਬਹੁਤ ਘੱਟ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹੜੇ ਖਾਣ ਵਾਲੀ ਚੀਜ਼ ਵਿੱਚ ਮਿਲਾਵਟ ਕਰਨ ਜੀ। ਬਿਲਕੁਲ ਜੀ, ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ, ਅਸੀਂ ਬਠਿੰਡਾ ਜਿਹੜਾ ਕਿ ਦਾਦੀ ਪੋਤੀ ਪਾਰਕ ਕੋਲ ਖੜ੍ਹੇ ਹਾਂ, ਤਾਂ ਇੱਥੇ ਕਿਸਾਨ ਮੇਲਾ ਲੱਗਿਆ ਅਤੇ ਵੱਖ ਵੱਖ ਪ੍ਰਕਾਰ ਦੀਆਂ ਜਿਹੜੀਆਂ ਕਿ ਜਿਹੜਾ ਕਿਸਾਨ ਮੇਲਾ ਲਾਇਆ ਗਿਆ ਅਤੇ ਉੱਥੇ ਚੀਜ਼ਾਂ ਵੱਖ ਵੱਖ ਪ੍ਰਕਾਰ ਦੀਆਂ, ਅਤੇ ਗੱਲਬਾਤ ਕਰਦੇ ਅਚਾਰ, ਤੁਸੀਂ ਅਚਾਰ ਤਿਆਰ ਕਰਦੇ? ਸਾਡਾ ਬੀਟਰੀਟ ਫਾਰਮ ਹੈਗਾ ਅਤੇ ਅਸੀਂ ਅਚਾਰ ਨਹੀਂ, ਅਸੀਂ ਅਸਲ 'ਚ ਬੇਸਿਕਲੀ ਸਾਡਾ ਜਿਹੜਾ ਮੇਨ ਜਿਹੜਾ ਫੋਕਸ ਹੈਗਾ ਉਹ ਹੈਗਾ ਸਾਡਾ ਹਨੀ ਦੇ ਉੱਤੇ, ਅਲੱਗ ਅਲੱਗ ਤਰ੍ਹਾਂ ਦਾ ਹਨੀ ਹੈ। ਅਸੀਂ ਇਸੇ ਤਰ੍ਹਾਂ ਹੀ ਇੱਕ ਬੀ ਪੋਲਣ ਬਾਜ਼ਾਰ 'ਚ ਲੈ ਕੇ ਜਾ ਰਹੇ ਹਾਂ ਜਿਹੜਾ ਬਾਜ਼ਾਰ ਦੇ ਵਿੱਚ ਨਹੀਂ ਹੈਗਾ। ਕਿਸਾਨ ਬਾਜ਼ਾਰ ਦੇ ਵਿੱਚ ਇੱਕੋ ਇੱਕ ਮਕਸਦ ਹੈ ਕਿ ਸਾਡੀ ਰਸੋਈ ਹੈਲਦੀ ਹੋਵੇ, ਸਾਡੀ ਸਿਹਤ ਤੰਦਰੁਸਤ ਹੋਵੇ। ਤਾਂ ਕਿਸਾਨ ਬਾਜ਼ਾਰ ਦੇ ਦਾ ਮਕਸਦ ਹੈਗਾ ਕਿ ਜਿਹੜਾ ਸਾਡਾ ਖਪਤਕਾਰ ਹੈਗਾ ਉਹਦੀ ਝੋਲੀ 'ਚ ਸ਼ੁੱਧ ਚੀਜ਼ਾਂ ਪਾਈਆਂ ਜਾ ਸਕਣ, ਤਾਂ ਕਿ ਜਿਹੜੀ ਲੋਕਾਂ ਦੀ ਇਮਿਊਨਿਟੀ ਹੈ ਲਗਾਤਾਰ ਘੱਟ ਰਹੀ ਹੈ,
ਉਹ ਵੱਧ ਸਕੇ ਅਤੇ ਲੋਕ ਤੰਦਰੁਸਤ ਹੋਣ। ਜਿੰਨੇ ਵੀ ਸਾਡੇ ਕੋਲ ਪ੍ਰੋਡਕਟ ਹੈਗੇ ਕਿਸਾਨ ਬਾਜ਼ਾਰ 'ਚ, ਜਿੰਨੇ ਵੀ ਫਾਰਮਰ ਆ ਰਹੇ ਆ, ਸਾਰਿਆਂ ਕੋਲ ਆਪਣੇ ਪੈਦਾ ਕੀਤੇ ਹੋਏ ਪ੍ਰੋਡਕਟ ਹੈਗੇ ਆ, ਆਪਣੇ ਇਨੋਵੇਟਿਵ ਆਈਡੀਆ ਨਾਲ ਤਿਆਰ ਕੀਤੇ ਹੋਏ ਪ੍ਰੋਡਕਟ ਹੈਗੇ ਆ। ਜਿਵੇਂ ਕਿ ਸਾਡੇ ਕੋਲ ਐਨਰਜੀ ਡਰਿੰਕ ਹੈਗਾ, ਇਹ ਬੀ ਪੋਲਨ ਅਤੇ ਹਨੀ ਤੋਂ ਬਣਿਆ ਹੋਇਆ ਹੈਗਾ। ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਡਕਟ ਨਹੀਂ ਹੈਗਾ। ਜਿੰਨੇ ਸੌਫਟ ਡਰਿੰਕ ਆਉਂਦੇ ਆ ਉਹ ਸਾਰੇ ਡਰਿੰਕ ਹੈਗੇ ਆ, ਉਹਨਾਂ 'ਚ ਕੈਫੀਨ ਹੁੰਦੀ ਆ ਵੱਡੀ ਮਾਤਰਾ 'ਚ, ਜਿਹੜੀ ਸਾਡੀ ਸਿਹਤ ਵਾਸਤੇ ਉਨੀ ਨੁਕਸਾਨਦੇਹ ਵੀ ਹੈਗੀ ਹੈ। ਇਹਦੇ 'ਚ ਕੋਈ ਕੀ ਚੀਜ਼ਾਂ ਪਾਈਆਂ ਇਹਦੇ ਵਿੱਚ ਦੱਸੋਗੇ? ਇਹਦੇ 'ਚ ਫਰੂਟ ਪਲਪ ਹੈਗੇ ਆ ਜੀ, ਅਤੇ ਇਸ ਤੋਂ ਇਲਾਵਾ ਇਹ 'ਚ ਹਨੀ ਹੈਗਾ ਅਤੇ ਬੀ ਪੋਲਨ ਹੈ। ਅਸਲ 'ਚ ਬੀ ਪੋਲਨ ਦਾ ਡਰਿੰਕ ਹੀ ਵੱਜਦਾ ਹੈ। ਜਿਹੜਾ ਬੀ ਪੋਲਨ ਹੈਗਾ, ਇਹ ਜਿਹੜਾ ਬੀ ਪੋਲਨ ਹੈਗਾ, ਇਹਨੂੰ ਸੁਪਰ ਫੂਡ ਦੇ ਤੌਰ 'ਤੇ ਖਾਧਾ ਜਾਂਦਾ, ਕਿਉਂਕਿ ਇਹ ਇਮਿਊਨਿਟੀ ਬੂਸਟਰ ਵੀ ਹੈਗਾ ਅਤੇ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਹੈਗੇ ਆ, ਬਹੁਤ ਸਾਰੇ ਇਨਜ਼ਾਈਮ ਹੈਗੇ ਆ, ਲਗਭਗ ਬਹੁਤਾਤ ਦੇ ਵਿੱਚ ਤੱਤ ਹੈਗੇ ਆ ਇਸ ਪ੍ਰੋਡਕਟ ਦੇ ਵਿੱਚ। ਔਰ ਇਹਦੇ ਫਾਇਦੇ ਬੜੇ ਨੇ, ਖਾਸ ਕਰਕੇ ਜਿਹੜੇ ਡਾਇਬਟੀਜ਼ ਦੇ ਪੇਸ਼ੈਂਟ ਹੈਗੇ ਆ, ਜਾਂ ਕਹਿ ਲਈਏ ਜਿਨ੍ਹਾਂ ਨੂੰ ਕਬਜ਼ ਰਹਿੰਦਾ ਜਾਂ ਸਟ੍ਰੈਸ ਨੂੰ ਦੂਰ ਕਰਦਾ, ਬਹੁਤ ਸਾਰੀਆਂ ਚੀਜ਼ਾਂ ਦਾ ਵਾਸਤੇ ਫਾਇਦੇਮੰਦ ਸਾਬਤ ਹੁੰਦਾ ਇਹ ਪ੍ਰੋਡਕਟ। ਇਹ ਹਾਲਾਂਕਿ ਮਾਰਕੀਟ ਦੇ ਵਿੱਚ ਹੈ ਨਹੀਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰੀਏ, ਚੇਤਨ ਕਰੀਏ, ਤਾਂ ਕਿ ਉਹ ਉਹਨਾਂ ਦੀ ਰਸੋਈ ਦਾ ਹਿੱਸਾ ਬਣ ਸਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਕਿੰਨੇ ਦਿਨ ਲੱਗੂਗਾ ਇਹ ਕਿਸਾਨ ਬਾਜ਼ਾਰ? ਇਹ ਹਰ ਸ਼ਨੀਵਾਰ ਹੁੰਦਾ ਦਾਦੀ ਪੋਤੀ ਪਾਰਕ ਦੇ ਸਾਹਮਣੇ। ਹਰ ਸ਼ਨੀਵਾਰ ਕਿਸਾਨ ਆਉਂਦੇ ਆ, ਆਪਣੇ ਪ੍ਰੋਡਕਟ ਲੈ ਕੇ ਆਉਂਦੇ ਆ, ਅਤੇ ਉਹ ਫਿਰ ਲੋਕਾਂ ਨੂੰ ਅਵੇਅਰ ਕਰਨ ਦਾ ਕੰਮ ਕਰਦੇ ਆ ਕਿ ਕਿਸਾਨ ਨਾਲ, ਕਿਉਂਕਿ ਜਦੋਂ ਤੁਸੀਂ ਕਿਸਾਨ ਤੋਂ ਖਰੀਦੋਗੇ ਪੁੰਨ ਵਾਲੇ ਫਲੀਆਂ ਵਾਲਾ ਕੰਮ ਹੋਣਾ, ਪੁੰਨ ਇਸ ਗੱਲ ਦਾ ਹੈਗਾ ਕਿ ਤੁਸੀਂ ਕਿਸਾਨ ਦੀ ਸਿੱਧੇ ਰੂਪ 'ਚ ਮਦਦ ਕਰ ਰਹੇ ਆ, ਅਤੇ ਫਲੀਆਂ ਇਸ ਗੱਲ ਦੀ ਹੈ ਕਿ ਤੁਹਾਨੂੰ ਚੰਗੀਆਂ ਅਤੇ ਤੰਦਰੁਸਤ ਚੀਜ਼ਾਂ ਮਿਲ ਰਹੀਆਂ ਉਹਦੇ ਬਦਲੇ 'ਚ। ਤਾਂ ਇਹ ਮਤਲਬ ਵਧੀਆ ਕੰਸੈਪਟ ਹੈਗਾ ਕਿ ਕਿਸਾਨ ਤੋਂ ਸਿੱਧਾ ਤੁਹਾਡੇ ਘਰ ਤੱਕ, ਇਹਦਾ ਜਿਹੜਾ ਸਲੋਗਨ ਹੈਗਾ। ਤਾਂ ਅਸੀਂ ਇਸ ਕਰਕੇ ਇਹ ਜਿਹੜਾ ਕਿਸਾਨ ਬਾਜ਼ਾਰ ਹੈਗਾ ਇਹਨੂੰ ਸ਼ੁਰੂ ਕੀਤਾ ਹੈਗਾ, ਅਤੇ ਅਲੱਗ ਅਲੱਗ ਸਾਡੇ ਕੋਲ ਬਹੁਤ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ। ਹਲਦੀ ਤੋਂ ਲੈ ਕੇ ਕੋਟ ਤੱਕ ਵਾਲੇ ਕਿਸਾਨ ਆ ਜਿਹੜੇ, ਉਹ ਵੀ ਆਉਂਦੇ ਆ ਇੱਥੇ। ਤਾਂ ਸਾਰੇ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਤੁਸੀਂ ਵੇਖ ਰਹੇ ਆ, ਅਤੇ ਇਹਨਾਂ ਪ੍ਰੋਡਕਟਾਂ ਦਾ ਇੱਕੋ ਇੱਕ ਮਕਸਦ ਜਿਹੜਾ ਮੈਂ ਵਾਰ ਵਾਰ ਕਹਿ ਰਿਹਾ, ਲੋਕਾਂ ਨੂੰ ਤੰਦਰੁਸਤ ਕਰਨਾ ਹੈਗਾ, ਅਤੇ ਕੋਈ ਵੀ ਇਹਦੇ 'ਚ ਮਿਲਾਵਟ ਨਹੀਂ ਹੈਗੀ। ਕਿਸਾਨਾਂ ਦੇ ਖੁਦ ਦੇ ਪੈਦਾਵਾਰ ਕੀਤੇ ਹੋਏ ਪ੍ਰੋਡਕਟ ਹੈਗੇ ਆ। ਬੀ ਪੋਲਣ ਇੱਕ ਐਸਾ ਪ੍ਰੋਡਕਟ ਹੈ ਜਿਹਦੀ ਮੈਂ ਜ਼ਿਕਰ ਕੀਤਾ ਤੁਹਾਡੇ ਕੋਲ, ਇਹਦੇ 'ਚ ਬਹੁਤ ਸਾਰੀ ਇਮਿਊਨਿਟੀ ਵਧਾ ਦਿੰਦਾ ਸਾਡੇ ਸਰੀਰਾਂ ਦੀ। ਇੱਕ ਦੁਖਦਾਇਕ ਪੱਖ ਹੈ ਸਾਡਾ ਆਉਣ ਵਾਲੀਆਂ ਨਸਲਾਂ ਵਾਸਤੇ, ਅਸੀਂ ਮੂਲ ਅਨਾਜਾਂ ਨੂੰ ਛੱਡ ਕੇ ਅਸੀਂ ਉਹਨਾਂ ਅਨਾਜਾਂ ਵਾਲੇ ਪਾਸੇ ਚਲੇ ਗਏ ਹਾਂ, ਜਾਂ ਜਿਹੜੀ ਰਸੋਈ ਦਾ ਹਿੱਸਾ ਹੋਣੀਆਂ ਚਾਹੀਦੀਆਂ ਚੀਜ਼ਾਂ ਅਸੀਂ ਉਹਨਾਂ ਚੀਜ਼ਾਂ ਨੂੰ ਛੱਡਤਾ, ਜਿਹਦੇ ਕਰਕੇ ਸਾਡੀਆਂ ਜ਼ਿੰਦਗੀਆਂ, ਉਮਰਾਂ ਵੀ ਲਗਾਤਾਰ ਘਟੀਆਂ। ਉਹਦੇ ਨਾਲ ਨਾਲ ਰਸੋਈ ਦੇ ਵਿੱਚ ਅਸੀਂ ਉਹ ਚੀਜ਼ਾਂ ਨੂੰ ਸ਼ਾਮਿਲ ਕਰ ਲਿਆ ਜਿਹੜੀ ਸਾਡੀ ਇਮਿਊਨਿਟੀ ਨੂੰ ਡਾਊਨ ਕਰਨ ਦਾ ਕੰਮ ਕਰਦੀਆਂ, ਜਾਂ ਜਿਨ੍ਹਾਂ 'ਚ ਬਹੁਤ ਪ੍ਰਜ਼ਰਵੇਟਿਵ ਅਤੇ ਕੈਮੀਕਲ ਵਾਲੇ ਪ੍ਰੋਡਕਟ ਹੁੰਦੇ ਆ। ਤਾਂ ਕਿਸਾਨ ਬਾਜ਼ਾਰ ਦਾ ਇੱਕੋ ਇੱਕ ਮਕਸਦ ਹੈਗਾ ਤੰਦਰੁਸਤ ਅਤੇ ਹੈਲਦੀ ਚੀਜ਼ਾਂ ਲੋਕਾਂ ਨੂੰ ਪ੍ਰੋਵਾਈਡ ਕਰਾਉਣਾ। ਤਾਂ ਬਿਲਕੁਲ ਜੀ, ਗੱਲਬਾਤ ਹੋਰ ਕਰਦੇ ਹਾਂ। ਪ੍ਰਧਾਨ ਜੀ, ਤੁਹਾਡੇ ਕੋਲ ਕਿਹੜਾ ਪ੍ਰੋਡਕਟ ਹੈ ਅਤੇ ਕਿੰਨੇ ਚਿਰ ਤੋਂ ਤੁਸੀਂ ਇਹ ਤਿਆਰ ਕੀਤਾ? ਮੈਂ ਮਿਲਰ 'ਚ ਕੰਮ ਕਰ ਰਿਹਾ ਹੈਗਾ, ਮੋਟੇ ਅਨਾਜ 'ਤੇ। ਆ ਦੇਖੋ ਤੁਸੀਂ ਮੇਰੇ ਹੱਥ ਦੇ ਬਿਸਕੁਟ ਦੇਖ ਰਹੇ ਹੋ, ਜਿਹੜੇ ਅਸੀਂ ਆਪ ਤਿਆਰ ਕਰਦੇ ਹਾਂ। ਇਹ ਓਟਸ, ਕੰਗਣੀ ਕੋਦਰਾ, ਗੋਲਡਨ ਸ਼ੱਕਰ ਨਟਸ, ਕੋਕੋਨਟ ਪਾ ਕੇ ਤਿਆਰ ਕਰਦੇ ਹਾਂ। ਆਮ ਬਿਸਕੁਟ ਨਾਲੋਂ ਇਹ ਬਹੁਤ ਜ਼ਿਆਦਾ ਮਤਲਬ ਹੈਲਦੀ ਹੈਗੇ ਆ, ਸਾਡੀ ਸਿਹਤ ਲਈ ਅੱਛੇ ਹੈ। ਅੱਜ ਅਸੀਂ ਪਹੁੰਚੇ ਹਾਂ ਕਿਸਾਨ ਬਾਜ਼ਾਰ ਦੇ ਵਿੱਚ। ਜਿਸ ਤਰ੍ਹਾਂ ਪਤਾ ਹੀ ਹੈ, ਇਹ ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਦਾਦੀ ਪੋਥੀ ਪਾਰਕ ਦੇ ਸਾਹਮਣੇ ਲੱਗਦਾ ਹੈਗਾ। ਇਹਦੇ ਵਿੱਚ ਕਿਸਾਨ ਆਪਣੀਆਂ ਚੀਜ਼ਾਂ ਆਪ ਤਿਆਰ ਕਰਕੇ, ਔਰਗੈਨਿਕ ਚੀਜ਼ਾਂ ਤਿਆਰ ਕਰਕੇ, ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇੱਥੇ ਲੈ ਕੇ ਆਉਂਦੇ ਹੈ। ਮੈਂ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਅਪੀਲ ਕਰਦਾ ਕਿ ਇੱਥੇ ਆਓ ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ। ਅਤੇ ਸਾਡਾ ਫਰਜ਼ ਬਣਦਾ ਕਿ ਜਿਹੜੇ ਮੋਗੇ ਤੋਂ ਕੋਈ ਕਿੱਥੋਂ ਲਿਆ ਰਿਹਾ ਪ੍ਰੋਡਕਟਸ ਆਪਣੇ, ਤਾਂ ਅਸੀਂ ਸਪੋਰਟ ਕਰੀਏ। ਇਹਦੇ ਨਾਲ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ, ਨਾਲੇ ਅਸੀਂ ਆਪਣੀ ਸਿਹਤ ਦਾ ਖਿਆਲ ਆਪ ਰੱਖਾਂਗੇ। ਕਿਉਂਕਿ ਕੈਮੀਕਲ ਖਾ ਕੇ, ਪ੍ਰੀਜ਼ਰਵੇਟਿਵ ਖਾ ਕੇ ਕੈਂਸਰ, ਲਿਵਰ ਦੇ ਰੋਗ, ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਅਸੀਂ ਆਪ ਸਿੱਧਾ ਦਿੰਦੇ ਹਾਂ,
ਜੇ ਅਸੀਂ ਚੰਗੀ ਚੀਜ਼ਾਂ ਖਾਵਾਂਗੇ ਤਾਂ ਅਸੀਂ ਆਪਣੀ ਸਿਹਤ ਦੇ ਖਿਆਲ ਰੱਖਾਂਗੇ। ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਕਿਸਾਨ ਬਾਜ਼ਾਰ ਦੇ ਵਿੱਚ ਪਹੁੰਚੋ, ਉੱਥੋਂ ਦੇ ਪ੍ਰੋਡਕਟ ਖਰੀਦੋ ਅਤੇ ਕਿਸਾਨਾਂ ਦਾ ਹੌਸਲਾ ਵਧਾਓ, ਆਪਣੀ ਸਿਹਤ ਦਾ ਅਤੇ ਆਪਣੇ ਮੁਲਕ ਦੀ ਸਿਹਤ ਦਾ ਖਿਆਲ ਰੱਖੋ। ਧੰਨਵਾਦ ਜੀ। ਤਾਂ ਬਿਲਕੁਲ ਜੀ, ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਜਿਹੜੀ ਕਿ ਆਮ ਇਨਸਾਨ ਜਿਹੜਾ ਕਿ ਕੈਮੀਕਲ ਜੇ ਪਦਾਰਥ ਦੀ ਗੱਲ ਕਰੀਏ ਤਾਂ ਉਸ ਚੀਜ਼ਾਂ ਦੀ ਜ਼ਿਆਦਾਤਰ ਵਰਤੋਂ ਕਰਦਾ, ਅਤੇ ਇਹ ਜਿਹੜਾ ਕਿਸਾਨ ਮੇਲਾ ਉਹਨਾਂ ਦੇ ਲਾਇਆ ਗਿਆ, ਅਤੇ ਵੱਖ ਵੱਖ ਸ਼ਹਿਰਾਂ 'ਚੋਂ ਇੱਥੋਂ ਇਹ ਲੋਕ ਆਏ ਨੇਗੇ। ਤਾਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਸਬਜ਼ੀ ਨੂੰ ਲੈ ਕੇ ਜੇ ਗੱਲ ਕਰੀਏ, ਬੇਸਣ, ਹਰੇਕ ਰਸੋਈ ਦਾ ਸਮਾਨ ਦੀ ਗੱਲ ਕਰੀਏ, ਵਿਗਾਏ ਦਾ ਨਸ਼ਾ ਛੁਡਾਊ ਦਾ ਵੀ ਪ੍ਰੋਡਕਟ ਇਹਨਾਂ ਕੋਲ ਹੈਗਾ, ਅਤੇ 100% ਇਹਨਾਂ ਵੱਲੋਂ ਗਰੰਟੀ ਵੀ ਲਿੱਤੀ ਜਾਂਦੀ ਹੈ ਬਈ ਜਲਦ ਤੋਂ ਜਲਦ ਇਨਸਾਨ ਜਿਹੜਾ ਕਿ ਨਸ਼ਾ ਛੱਡ ਸਕਦਾ ਹੈਗਾ। ਤਾਂ ਕੈਮਰਾਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।